ਚੌਂਕ ਬਾਜਾਖਾਨਾ ਵਿਖੇ SSP ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ SP ਡੀ ਸੇਵਾ ਸਿੰਘ ਮੱਲੀ, SHO ਸੁਨੀਲ ਕੁਮਾਰ ਅਤੇ ਬਾਜਾਖਾਨਾ ਟ੍ਰੈਫਿਕ ਇੰਚਾਰਜ ਬਲਰਾਜ ਸਿੰਘ ਵੱਲੋਂ ਵੱਖ ਵੱਖ ਵਹੀਕਲਾਂ ਦੇ ਰਿਫਲੈਕਟਰ ਲਗਾਏ ਗਏ। ਇਸ ਸਮੇਂ ਸੇਵਾ ਸਿੰਘ ਮੱਲੀ ਨੇ ਕਿਹਾ ਕਿ ਧੁੰਦ ਦੇ ਮੌਸਮ ਨੂੰ ਧਿਆਨ 'ਚ ਰੱਖਦਿਆਂ ਇਹ ਰਿਫਲੈਕਟਰ ਲਗਾਉਣ ਦਾ ਕੰਮ ਕੀਤਾ ਜਾ ਰਿਹਾ। ਇਸ ਸਮੇਂ SHO ਸੁਨੀਲ ਕੁਮਾਰ ਅਤੇ ਬਲਰਾਜ ਸਿੰਘ ਨੇ ਵੀ ਲੋਕਾਂ ਨੂੰ ਸੰਬੋਧਨ ਕੀਤਾ। ਉਹਨਾਂ ਕਿਹਾ ਕਿ ਕੋਈ ਵੀ ਵਹੀਕਲ ਚਲਾਉਂਦੇ ਸਮੇਂ ਮੋਬਾਈਲ 'ਤੇ ਗੱਲ ਕਰਨਾ ਆਪਣੀ ਜ਼ਿੰਦਗੀ ਨਾਲ ਖਿਲਵਾੜ ਕਰਨ ਦੇ ਬਰਾਬਰ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਹੈਪੀ ਰੁਮਾਣਾ, ਸਾਬਕਾ ਸਰਪੰਚ ਕੁਲਵੀਰ ਸਿੰਘ ਢਿੱਲੋਂ, ਪਵਨ ਸਟੂਡੀਓ, ਟ੍ਰੈਫਿਕ ਮੁਲਾਜ਼ਮ ਸੁਖਰਾਜ ਸਿੰਘ ਅਤੇ ਸੁਖਦੇਵ ਸਿੰਘ ਤੋਂ ਇਲਾਵਾ ASI ਕੁਲਦੀਪ ਸਿੰਘ, HC ਗੁਰਮੁਖ ਸਿੰਘ, SC ਜਸਵੰਤ ਸਿੰਘ, HC ਸੁਖਦੀਪ ਸਿੰਘ, SC ਅਵਤਾਰ ਸਿੰਘ, SC ਗੁਰਵਿੰਦਰ ਸਿੰਘ ਆਦਿ ਹਾਜ਼ਰ ਸਨ।